ਪਿੰਡ ਡੂੜੀਆਂ ਦੇ ਵਸਨੀਕ ਸ਼ਹੀਦ ਸੁਰਿੰਦਰ ਸਿੰਘ ਜਿਨ੍ਹਾਂ ਦੀ ਡਿਊਟੀ ਦੌਰਾਨ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਮੌਤ ਹੋਈ, ਸ਼ਹੀਦੀ ਪ੍ਰਾਪਤ ਹੋਈ, ਤਾਂ ਅੱਜ ਉਹਨਾਂ ਦੇ ਘਰ ਆਏ ਹਾਂ ਕਿਉਂਕਿ ਚੋਣ ਜਾਬਤਾ ਲੱਗਣ ਕਰਕੇ ਕੋਈ ਤੁਸੀਂ ਗ੍ਰਾਂਟ ਨਹੀਂ ਦੇ ਸਕਦੇ, ਪਰ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈ, ਜਿਹੜਾ ਮਾਨ ਸਨਮਾਨ ਦੀ ਸਕੀਮ ਹੈ, ਉਹ ਤਾਂ ਸ਼ਹੀਦ ਦੇ ਪਰਿਵਾਰ ਦਾ ਜਾਂ ਸ਼ਹੀਦ ਦੇ ਜਾਨ ਦਾ ਕੋਈ ਮੁੱਲ ਨਹੀਂ ਹੈਗਾ ਜੀ, ਪਰ 1 ਕਰੋੜ ਰੁਪਈਏ ਦਾ ਆਰਥਿਕ ਸਹਾਇਤਾ, ਤਾਂ ਕਿ ਕਬੀਲਦਾਰੀ ਚੱਲਦੀ ਰਹੇ, ਬੱਚੇ ਪੜ੍ਹਾਏ ਜਾਣ ਅਤੇ ਕੋਈ ਆਰਥਿਕ ਤੰਗੀ ਨਾ ਆਵੇ ਸ਼ਹੀਦ ਦੇ ਪਰਿਵਾਰ ਨੂੰ। ਇਹ ਸਾਡੀ ਸਕੀਮ ਹੈ, ਦਿੱਲੀ 'ਚ ਵੀ ਚੱਲਦੀ, ਅਰਵਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ, ਦਿੱਲੀ ਦੇ ਵੀ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਫੌਜ ਦਾ ਜਵਾਨੀ ਜੇ ਡਿਊਟੀ ਦੌਰਾਨ ਸ਼ਹੀਦ ਹੋਇਆ 1 ਕਰੋੜ ਰੁਪਈਆ, ਸ਼ਹੀਦ ਜਿਹੜੇ ਸੀ ਸੁਰਿੰਦਰ ਸਿੰਘ ਉਹਨਾਂ ਦੇ ਨਾਮ 'ਤੇ ਇੱਕ ਗੇਟ ਬਣੂਗਾ ਯਾਦਗਾਰੀ। ਇੱਕ ਟੂਡੀਆਂ ਪਿੰਡ ਦੇ ਵਿੱਚ ਖੋ ਖੋ ਦੇ ਵਿੱਚ ਬਹੁਤ ਸਾਰੇ ਬੱਚੇ ਨੈਸ਼ਨਲ ਲੈਵਲ 'ਤੇ ਖੇਡ ਕੇ ਆਉਂਦੇ, ਫੁੱਟਬਾਲ ਦੇ ਖੇਡ ਕੇ ਆਉਂਦੇ, ਇੱਕ ਸਪੋਰਟਸ ਨਰਸਰੀ ਇਸ ਪਿੰਡ ਨੂੰ ਦੇਵਾਂਗੇ, ਅਤੇ ਇੱਥੋਂ ਹਮੀਰਗੜ੍ਹ ਵਾਲੀ ਜਿਹੜੀ ਸੜਕ ਹੈ ਉਹ ਵੀ ਸ਼ਹੀਦ ਦੇ ਨਾਂ 'ਤੇ ਬਣਾਈ ਜਾਊਗੀ। ਸ਼ਹੀਦ ਸੁਰਿੰਦਰ ਸਿੰਘ ਜਿਹੜੇ ਕੋਟਾ ਦੇ ਵਿੱਚ ਸ਼ਹੀਦ ਹੋ ਗਏ ਤੇ 22 ਨੂੰ ਇਹ ਸ਼ਹੀਦ ਹੋਏ ਸੀ, ਉਸ ਤੋਂ ਬਾਅਦ ਮੈਂ ਇਹਨਾਂ ਦੇ ਸੰਸਕਾਰ 'ਤੇ ਵੀ ਆਇਆ ਸੀ, ਭੋਗ 'ਤੇ ਵੀ ਆਇਆ ਸੀ, ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ। ਪੰਜਾਬ ਸਰਕਾਰ ਦਾ ਫੈਸਲਾ, ਸਾਡੇ ਅਰਵਿੰਦ ਕੇਜਰੀਵਾਲ ਜੀ ਮਾਣਯੋਗ ਜਿਹੜੇ ਸੰਯੋਜਕ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਦਿੱਲੀ 'ਚ ਲਾਗੂ ਕੀਤੀ ਸੀ ਅਤੇ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਗੂ ਕੀਤਾ ਹੋਇਆ ਹੈ ਕਿ ਜੇ ਅਨਫਾਰਚੂਨੇਟਲੀ ਕੋਈ ਫੌਜੀ ਸ਼ਹੀਦ ਹੋ ਜਾਂਦਾ ਜਾਂ ਕੋਈ ਪੁਲਿਸ ਮੁਲਾਜ਼ਮ ਸ਼ਹੀਦ ਹੋ ਜਾਂਦਾ, ਉਹਨਾਂ ਦੇ ਬੱਚਿਆਂ ਨੂੰ ਕੋਈ ਦਿੱਕਤ ਨਾ ਹੋਵੇ, ਪਰਿਵਾਰ ਨੂੰ ਕੋਈ ਦਿੱਕਤ ਨਾ ਹੋਵੇ, ਇਸ ਗੱਲ ਦੇ ਲਈ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਿਹੜੀ ਉਹ ਦਿੱਤੀ ਜਾਂਦੀ ਹੈ। ਚੋਣ ਜਾਬਤੇ ਕਰਕੇ ਥੋੜ੍ਹੀ ਲੇਟ ਹੋ ਗਈ, ਸੋ ਅੱਜ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਇਹ ਸਹਾਇਤਾ ਪਰਿਵਾਰ ਨੂੰ ਦੇ ਕੇ ਗਏ ਨੇ, ਅਤੇ ਇਸ ਤੋਂ ਇਲਾਵਾ ਜਿਹੜੀ ਹਮੀਰਗੜ੍ਹ ਨੂੰ ਸੜਕ ਹੈ ਉਹ ਵੀ ਉਹਦੇ ਨਾਂ 'ਤੇ ਕੀਤੀ ਜਾਏਗੀ, ਫੁੱਟਬਾਲ ਦੀ ਇੱਥੇ ਨਰਸਰੀ ਵੀ ਕੀਤੀ ਜਾਏਗੀ, ਅਤੇ ਬਾਕੀ ਉਹਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਵੀ ਬਣਾਇਆ ਜਾਊਗਾ। ਇਹ ਰਾਜਸਥਾਨ ਡਿਊਟੀ ਸੀ ਜੀ ਇਹਨਾਂ ਦੀ, ਪੈਰਾ ਸਲੈਦਰ ਸੀ ਜੀ, ਉਸ ਦੌਰਾਨ ਡਿਊਟੀ ਦੌਰਾਨ ਡੈਥ ਹੋ ਗਈ ਇਹਨਾਂ ਦੀ, ਸ਼ਹੀਦ ਹੋ ਗਏ ਜੀ। ਅੱਜ ਸੀਐਮ ਸਾਹਿਬ ਪਹੁੰਚੇ ਨੇ, 1 ਕਰੋੜ ਦੀ ਰਾਖੀ ਦੇ ਕੇ ਗਏ ਨੇ, ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਜੀ ਉਹਨਾਂ ਦਾ, ਇਹਨਾਂ ਨੂੰ ਜੀ 4 ਮਹੀਨੇ ਹੋ ਗਏ ਜੀ ਸ਼ਹੀਦ ਹੋਏ ਨੂੰ। ਹਾਂਜੀ, ਬੇਟੇ ਸੀ ਜੀ ਮੇਰੇ। ਹਾਂਜੀ, ਅੱਜ ਭਗਵੰਤ ਮਾਨ ਆਇਆ ਸੀਗਾ ਜੀ, ਹਾਂ ਅੱਜ ਜੀ ਉਹ ਸਾਡੀ ਸਹਾਇਤਾ ਕਰਕੇ ਗਿਆ 1 ਕਰੋੜ ਰੁਪਈਆ, ਪੁੱਤ ਸ਼ਹੀਦ ਹੋਏ ਦਾ ਬਹੁਤ ਧੰਨਵਾਦ। ਮਤਲਬ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਜਿਹੜਾ ਕੋਈ ਸ਼ਹੀਦ ਹੁੰਦਾ ਉਹਨੂੰ 1 ਕਰੋੜ ਰੁਪਏ ਦਿੱਤਾ? ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ? ਬਹੁਤ ਧੰਨਵਾਦ ਕਰਦੇ ਹਾਂ ਜੀ ਉਹਦਾ।